ਫਿਕਰ ਮੇਸਾ ਜੀ ਦੋਸਤੋ ਕੀ ਹਾਲ ਨੇ ਜੀ ਅਮੀਰ ਘਰ ਦਬਲ ਕੋ ਠੀਕ ਹੋਵੋਗੇ ਤੇ ਤੁਹਾਡੇ ਵਾਸਤੇ ਲੈ ਕੇ ਆਇਆ ਇੱਕ ਨਵੀਂ ਅਪਡੇਟ ਠੀਕ ਹੈ ਜੀ ਨਵੀਂ ਅਪਡੇਟ ਇਹ ਹੈ ਕਿ ਪੰਜਾਬ ਪੁਲਿਸ ਕੈਂਡ ਪੰਜਾਬ ਪੁਲਿਸ ਵਾਲੀ ਕੈਂਡੀਡੇਟਾਂ ਦੀ ਗੁੱਡ ਨਿਊਜ਼ ਆਈ ਹੈ ਇੱਕ ਹੋਰ ਠੀਕ ਹੈ ਜੀ ਬਾਕੀ ਜਿਵੇਂ ਤੁਹਾਨੂੰ ਕਹਿੰਦਾ ਹੁੰਦਾ ਸੀ ਸ਼ੁਰੂ ਤੋਂ ਕਿ ਭਾਰਤ ਕਾਂਡੀਆਂ ਸਿਰੇ ਚੜਨਗੇ ਦਾ ਸਾਰੀਆਂ ਚੜਨਗੀਆਂ ਠੀਕ ਹੈ ਜੀ ਤੇ ਇਹ ਭਾਰਤ ਕਾਂਡੀਆਂ ਦੀ ਲਗਭਗ ਕੰਪਲੀਟ ਹੋ ਚੁੱਕੀ ਹੈ ਪੰਜਾਬ ਪੁਲਿਸ ਵਾਲੀ ਆਰਮਡ ਕੈਂਡਰ ਵਾਲੀ ਹੁਣ ਬੱਚਿਆਂ ਦੇ ਡਾਕੂਮੈਂਟ ਵੈਰੀਫਿਕੇਸ਼ਨ ਹੋ ਗਿਆ ਸੀ ਮੈਡੀਕਲ ਵੀ ਹੋ ਗਿਆ ਸੀ ਠੀਕ ਹੈ ਜੀ ਤੇ ਹੁਣ ਸਰ ਡਿਪਾਰਟਮੈਂਟ ਨੇ ਇੱਕ ਨਵਾਂ ਨੋਟਿਸ ਜਾਰੀ ਕੀਤਾ ਨੋਟਸ ਨੂੰ ਦਿਖਾ ਦਨਾਂਗਾ ਇਹ ਭਾਗਤੀ ਕੰਪਲੀਟ ਹੋਣ ਤੋਂ ਬਾਅਦ ਬੱਚਿਓ ਤੁਹਾਡੇ ਜਿਹੜੇ ਪੇਪਰ ਕੈਨਸਲ ਹੋਏ ਸੀ ਉਸ ਸਮੇਂ ਉਰੀ ਕੰਡੈਕਟ ਕਰਵਾਏ ਜਾਣਗੇ ਸਾਰੇ ਠੀਕ ਹੈ ਜੀ ਪੇਪਰ ਰੀ ਕੰਡੈਕਟ ਹੋਣਗੇ ਸਾਰੇ ਤੇ ਬਹੁਤ ਸਾਰੇ ਬੱਚਿਆਂ ਨੇ ਇਹ ਪ੍ਰੇਸ਼ਣ ਹੁੰਦਾ ਕਿ ਪੇਪਰ ਜੇ ਦੁਬਾਰੇ ਇਹਨਾਂ ਦੇ ਫਾਰਮ ਅਪਲਾਈ ਹੋਣਗੇ ਆਨਲਾਈਨ ਦੁਬਾਰੇ ਕਿ ਨਹੀਂ ਹੋਣਗੇ ਬੱਚਿਓ ਇਹਦੇ ਬਾਰੇ ਮੈਂ ਕਦੋਂ ਮੰਦੇ ਜਿਹੜੇ ਮੇਨਸ ਉਹਨਾਂ ਨਾਲ ਗੱਲ ਕੀਤੀ ਸੀ ਹਜੇ ਤੱਕ ਉਹਨਾਂ ਨੇ ਵੀ ਮੈਨੂੰ ਕੁਝ ਨਹੀਂ ਦੱਸਿਆ ਉਹ ਕਹਿੰਦੇ ਹਜੇ ਮਤਲਬ ਇਹ ਤਾਂ ਹਜੇ ਪੈਂਟਿੰਗ ਦੇ ਵਿੱਚ ਪਿਆ ਕੰਮ ਕਿ ਮਤਲਬ ਪੇਪਰ ਤਾਂ ਹੋਣਗੇ ਪਰ ਸਾਨੂੰ ਰੀਕੰਡੈਕਟ ਬਾਰੇ ਨਹੀਂ ਪਤਾ ਬਾਕੀ ਜੇ ਕੋਈ ਅਪਡੇਟ ਆਈ ਤਾਂ ਆਪਾਂ ਨੂੰ ਪਹਿਲੀ ਪਤਾ ਲੱਗ ਜੂਗੀ 5-10 ਦਿਨ ਠੀਕ ਹੈ ਤੇ ਵੈਸੇ ਦਾ ਉਹ ਕਹਿੰਦੇ ਮਤਲਬ 99% ਚਾਂਸ ਹੈ ਹਜੇ ਤੱਕ ਕਿ ਜਿਹੜੇ ਪੇਪਰ ਰੀਕੰਡੈਕਟ ਹੋਣਗੇ ਦੁਬਾਰਾ ਆਨਲਾਈਨ ਪੇਪਰ ਫਾਰਮ ਹੋਣ ਦੇ ਚਾਂਸ ਬਹੁਤ ਘੱਟ ਹੈ ਠੀਕ ਹੈ ਬਾਕੀ ਜੇ ਹੁੰਦੀ ਹੈ ਦੁਬਾਰੇ ਆਨਲਾਈਨ 10 ਸਾਰੇ ਛੋੜੇ ਸਾਰੇ ਸਾਹਮਣੇ ਹੋਣਗੇ ਠੀਕ ਹੈ ਜੀ ਸਰਕਾਰ ਜਲਦੀ ਜਲਦੀ ਭਰਤੀਆਂ ਮੁਕੰਮਲ ਕਰ ਰਹੀ ਹੈ ਦੂਸਰੀ ਗੱਲ ਇੱਕ ਪ੍ਰਸ਼ਨ ਹੋਦਾ ਦਾ ਬੱਚਿਓ ਚਲੋ ਅੱਜ ਦੱਸੂਗਾ ਭਰਤੀ ਬਾਰੇ ਇਸ ਤੋਂ ਬਾਰੇ ਤੁਹਾਨੂੰ ਨੋਟੀਫਿਕੇਸ਼ਨ ਦਿਖਾ ਦਾਂਗੇ ਨੋਟੀਫਿਕੇਸ਼ਨ ਕੀ ਹੈ ਜਿਹੜਾ ਸਰਕਾਰ ਵੱਲੋਂ ਕੱਢਿਆ ਗਿਆ ਤੇ ਆਹ ਨੋਟਸਾ ਬੱਚਿਓ ਜਿਹੜਾ ਆਰਮਡ ਵਾਸਤੇ ਕੱਢਿਆ ਗਿਆ ਹੈ ਇਹਦੇ ਜੇ ਤੁਹਾਨੂੰ ਦੇਖੋ ਬੇਚਾਰਾ ਪੜਨ ਵਾਸਤੇ ਬਹੁਤ ਵੱਡਾ ਪਿਆ ਹੈਗਾ ਪਰ ਆਪਾਂ ਸਿਰਫ ਮੇਨ ਮੇਨ ਚੀਜ਼ਾਂ ਕਰਾਂਗੇ ਇਹਦੇ ਵਿੱਚ ਦੇਖੋ 16 7 2022 ਨੂੰ ਦਿਨ ਸ਼ਨੀਵਾਰ ਨੂੰ 9 ਵਜੇ ਬਾਇਓ ਮੈਟ੍ਰਿਕ ਵੈਰੀਫਿਕੇਸ਼ਨ ਕਰਵਾਉਣ ਲਈ ਹੈ ਲੇਕਿਨ ਸੈਂਟਰ ਸਥਾਪਿਤ ਕੀਤੇ ਜਾਂਦੇ ਹਨ ਇਹਨਾਂ ਸੈਂਟਰਾਂ ਵਿੱਚ ਪਰ ਸਬੰਧਤ ਕਮਾਂਡਰਸ ਬਾਇਓਮੈਟ੍ਰਿਕਸ ਕਰਨ ਲਈ ਆਉਣ ਵਾਲੀਆਂ ਟੀਮਾਂ ਲੋੜੀਦਾ ਸਮਾਨ ਮਹਈਆ ਕਰਮਾਉਣ ਲਈ ਜ਼ਿੰਮੇਵਾਰ ਹੋਣਗੇ ਇਹ ਡਿਪਾਰਟਮੈਂਟ ਵਾਲਾ ਠੀਕ ਹੈ ਜੀ ਤੇ ਆ ਬੱਚਿਓ ਭਾਰਤੀ ਬੋਰਡ ਦੋ ਇੱਕ ਵਿੱਚ ਚੁਣੇ ਗਏ ਉਮੀਦਵਾਰਾਂ ਦਾ ਬੇਰਬਾ ਠੀਕ ਹੈ ਆ ਤੁਸੀਂ ਦੇਖ ਰਹੇ ਹੋ ਸਾਰਾ ਜਿਹੜੀ ਲਿਸਟਾਂ ਦੀ ਕੈਂਡੀਡੇਟਾਂ ਦੀ ਨੰਬਰ ਆਫ ਕੈਂਡੀਡੇਟ ਲਿਸਟ ਹੈ ਇਹ ਸਾਰਾ ਕੁਝ ਤੁਸੀਂ ਦੇਖ ਲਿਓ ਆ ਬਈ ਆ ਠੀਕ ਹੈ ਬਾਕੀ ਸਾਨੂੰ ਕਾਲ ਮੈਸੇਜ ਆਉਣਗੇ ਤੇ ਆ ਸੈਂਟਰ ਨੰਬਰ ਸਾਰਾ ਕੁਝ ਇੱਥੇ ਲਿਖਿਆ ਹੋਇਆਗਾ ਇਹ ਇਹ ਸਿਰਫ ਇਕ ਲਈ ਆਰਮਡ ਵਾਲੇ ਕੈਂਡੀਡੇਟਾਂ ਵਾਸਤੇ ਹੈ ਠੀਕ ਹੈ ਜੀ ਆਰਮਡ ਵਾਲੇ ਕੈਂਡੀਡੇਟਾਂ ਦੇ ਉੱਪਰ ਲਿਖਿਆ ਵੀ ਹੋਇਆਗਾ ਇਹ ਡਿਸਟ੍ਰਿਕਟ ਵਾਲੀ ਨਹੀਂ ਹੈਗੀ ਓਨਲੀ ਆਰਮਡ ਹੈਗੀ ਠੀਕ ਹੈ ਜੀ ਬਾਕੀ ਬਹੁਤ ਸਾਰੇ ਬੱਚਿਆਂ ਦੇ ਸਵਾਲ ਹੁੰਦਾ ਨਵੀਂ ਭਰਤੀ ਨੂੰ ਲੈ ਕੇ ਕਿ ਨਵੀਂ ਭਰਤੀ ਕਿਦੋਂ ਆਉਗੀ ਉਹ ਪੁੱਛੋ ਤੁਹਾਨੂੰ ਮੈਂ ਦੱਸਦਾ ਹਾਂ ਕਿ ਚੱਕਰ ਹੁੰਦਾਗਾ ਜਦੋਂ ਆਪਾਂ ਇੱਕ ਵਾਰੀ ਪੰਜਾਬ ਪੁਲਿਸ ਦਾ ਜਾਂ ਕੋਈ ਵੀ ਪੇਪਰ ਦਿੰਨੇ ਆ ਆਪੋਂ ਉਹ ਪੇਪਰ ਦੇ ਵਿੱਚ ਨਕਾਮ ਹੋ ਜਿਗੇ ਜਾਂ ਸਮਝ ਲਓ ਕਿ ਆਪੋਂ ਉਹ ਪੇਪਰ ਦੇ ਵਿੱਚ ਕਲੀਅਰ ਨਾ ਕਰ ਸਕੀ ਇਹ ਤਾਂ ਬੱਚੇ ਨੂੰ ਅੱਜ ਵੀ ਹੁੰਦੀ ਹੈਗੀ ਹਰੇਕ ਬੱਚੇ ਨੂੰ ਹੁੰਦੀ ਹੈ ਕਿ ਭਰਤੀ ਵਸ ਜਲਦੀ ਤੋਂ ਜਲਦੀ ਆ ਜੇ ਜਲਦੀ ਤੋਂ ਜਲਦੀ ਆ ਜੇ ਹੁੰਦੀ ਗੱਲ ਕਿ ਨਹੀਂ ਜਦੋਂ ਆਪਾਂ ਇੱਕ ਵਾਰੀ ਉਹ ਹੋ ਜਾਂਦੇ ਆ ਫੇਰ ਹੋ ਜਾਂਦਾ ਆਪਣਾ ਇਹ ਹੁੰਦਾ ਹੈ ਕਿ ਹੁਣ ਦੁਬਾਰਾ ਇਹ ਕਿ ਭਰਤੀ ਆਏਗੀ ਨਹੀਂ ਆਪਾਂ ਛੱਡ ਨਹੀਂ ਆਪਾਂ ਜਜ਼ਬਾਤੀ ਹੋ ਜਾਂਦੇ ਆ ਠੀਕ ਹੈ ਕਿ ਐ ਕਿ ਤਾਂ ਆਪਾਂ ਐ ਕਰਦਾਂਗੇ ਐ ਕਰਦਾਂਗੇ ਠੀਕ ਹੈ ਬਾਕੀ ਜਿਹੜਾ ਕੈਂਡੀਡੇਟ ਮਿਹਨਤ ਕਰ ਦੋ ਇਦਾਂ ਕਰ ਵੀ ਦਿੰਦਾ ਹੁੰਦਾ ਜ ਠੀਕ ਹੈ ਤੇ ਹੁਣ ਬੱਚੋ ਦੇਖੋ ਹੁਣ ਤੋਂ ਸਾਹਮਣੇ ਭਰਤੀ ਦਾ ਆਉਣੀ ਹੈ ਅਖਬਾਰ ਦੇ ਵਿੱਚ ਜਿਹੜਾ ਨੋਟਿਸ ਕੱਢਦੇ ਹੁੰਦੇ ਹੈ ਕੋਈ ਨੋਟਿਸ ਉਹ ਵੀ ਨਹੀਂ ਹੈਗਾ ਕਿਉਂਕਿ ਕੋਈ ਦੋ ਜਾਨੇ ਮੀਡੀਆ ਕਰ ਚੱਕ ਕੇ ਖਬਰ ਲਵਾ ਦਿੱਤੀ ਇੰਨੀ ਭਰਤੀ 460 ਭਰਤੀ ਦਾ ਨੋਟੀਫਿਕੇਸ਼ਨ ਕਰ ਲਿਖ ਦੋ ਖਬਰ ਲਾ ਦਿਓ ਇਦਾਂ ਨਹੀਂ ਹੁੰਦਾ ਕਿ ਬੰਦਾ ਆਪਣੀ ਮਰਜ਼ੀ ਨਾਲ ਹੀ ਖਬਰ ਲਵਾ ਲੇ ਠੀਕ ਹੈ ਜੇ ਕੋਈ ਡਿਪਾਰਟਮੈਂਟ ਦੇ ਵਿੱਚ ਕੋਈ ਹਲਚਲ ਹੋਈ ਹੁੰਦੀ ਹੈ ਫੇਰ ਹੀ ਭਰਤੀ ਦਾ ਬੇਰਬਾ ਕੀਤਾ ਜਾਂਦਾ ਹੈਗਾ ਤੇ ਉਹਦਾ ਵੀ ਤੁਹਾਨੂੰ ਮੈਂ ਪ੍ਰੂਫ ਕਰ ਲੂੰ ਵੀਡੀਓ ਬਣਾਉਂਗਾ ਕੋਈ ਦਿਖਾਰੂਗਾ ਕਿ ਗੱਲ ਸਹੀ ਹੈ ਕਿ ਨਹੀਂ ਭਰਤੀ ਜਿਹੜੀ ਨਵੀਂ ਆਉਣੀ ਹੈ ਠੀਕ ਹੈ ਜ ਰੋਕੋ ਕਿਉਂਕਿ ਹਜੇ ਪ੍ਰਾਪਰਟੀ ਦੇ ਨਾ ਪ੍ਰਾਣੀ ਪੱਤੇ ਰੀਕਨਡਕਟ ਕਰਵਾਉਣੇ ਫਾਰਮ ਭਰਤੀ ਦਾ ਆਉਗੀ ਜਰੂਰ ਠੀਕ ਹੈ ਸਿਪਾਹੀਆਂ ਦੀ ਇੱਥੇ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਜੇਲ ਬਾਰਡਰ ਤੇ ਸਿਪਾਹੀਆਂ ਇਕੱਠੇ ਦੀ ਭਰਤੀ ਆਉਗੀ ਪਰ ਥੋੜਾ ਜਿਹਾ ਪੇਸ਼ੈਂਟ ਰੱਖਣਾ ਪਊਗਾ ਬਾਕੀ ਅਸੀਂ ਤਿਆਰੀ ਕਰਦੇ ਰਹੋ ਠੀਕ ਹੈ ਜੀ ਧੰਨਵਾਦ ਤੇ ਵੀਡੀਓ ਦੇ ਬਾਅਦ ਮੈਂ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤੇ ਅੱਜ ਤੁਹਾਡੇ YouTube ਤੇ 100m ਸਿਕਿਉਰਿਟੀ ਕਲਾਸ ਮਿਲੂਗੀ ਤੁਹਾਨੂੰ ਠੀਕ ਹੈ ਜੀ 100m ਸਿਕਿਉਰਿਟੀ ਧੰਨਵਾਦ ਬਈ ਦੋਸਤੋ ਜਿਉਂਦੇ ਰਹੋ ਬਾਦਰੋ